ਔਰ ਸਾਨੂੰ ਮੋਦੀ ਜੀ 'ਤੇ ਬਹੁਤ ਗਰਵ ਆ ਕਿ ਉਹਨਾਂ ਨੇ ਰਾਮ ਮੰਦਰ ਬਣਾਇਆ, ਕਿਉਂਕਿ ਉਹਨਾਂ ਦੀ ਤਪੱਸਿਆ ਨੂੰ ਫਲ ਲੱਗਾ। ਬਿਨਾਂ ਪ੍ਰਭੂ ਸ਼੍ਰੀ ਰਾਮ ਦੀ ਮਰਜ਼ੀ ਦੇ ਤੇ ਸੇਵਾ ਕਿਸੇ ਨੂੰ ਮਿਲਣੀ ਨਹੀਂ ਸੀ। ਇਹ ਨਹੀਂ ਕਿ ਥੋੜ੍ਹੇ ਟਾਈਮ ਚੱਲੇ, ਹਮੇਸ਼ਾ ਚੱਲੇ, ਤਾਂ ਕਿ ਸਾਰੇ ਯਾਤਰੀ ਇਹਦਾ ਮੌਕੇ ਦਾ ਫਾਇਦਾ ਉਠਾ ਸਕਣ। ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ। ਸੰਪਰਕ ਕਰੋ। ਰੇਨੂ ਮਲਹੋਤਰਾ, ਅੱਜ ਅਸੀਂ ਦਰਸ਼ਨ ਵਾਸਤੇ ਜਾ ਰਹੇ ਹਾਂ ਅਯੋਧਿਆ। ਮੋਦੀ ਭਾਈ ਸਾਹਿਬ ਨੇ ਜਿਹੜੀ ਟ੍ਰੇਨ ਚਲਾਈ, ਸਾਨੂੰ ਬਹੁਤ ਅੱਛੀ ਲੱਗ ਰਹੀ ਹੈ। ਅਸੀਂ ਆਪਣੇ ਘਰੋਂ ਜਾ ਕੇ ਘਰ ਹੀ ਵਾਪਸ ਆਉਣਾ ਗੁਰਦਾਸਪੁਰ। ਅਸੀਂ ਕਹਿੰਦੇ ਹਾਂ ਟ੍ਰੇਨ ਚਲਦੀ ਰਹੇ ਤਾਂ ਕਿ ਸਾਰੇ ਸ਼ਰਧਾਲੂ ਦਰਸ਼ਨ ਕਰਨ। ਸਾਨੂੰ ਬਹੁਤ ਅੱਛਾ ਲੱਗ ਰਿਹਾ ਤੇ ਇਹ ਟ੍ਰੇਨ ਹਮੇਸ਼ਾ ਚੱਲਦੀ ਰਹੇ। ਇਹ ਨਹੀਂ ਕਿ ਥੋੜੇ ਟਾਈਮ ਚੱਲੇ, ਹਮੇਸ਼ਾ ਚੱਲੇ, ਤਾਂ ਕਿ ਸਾਰੇ ਯਾਤਰੀ ਇਹਦਾ ਮੌਕੇ ਦਾ ਫਾਇਦਾ ਉਠਾ ਸਕਣ ਤੇ ਪ੍ਰਭੂ ਰਾਮ ਦੇ ਖੂਬ ਦਰਸ਼ਨ ਕਰ ਸਕਣ। ਇਸ ਵਾਸਤੇ ਸਾਡੀ ਪ੍ਰਧਾਨ ਜੀ ਮੰਤਰੀ ਨਾਲ ਇਹੀ ਗੁਜ਼ਾਰਿਸ਼ ਹੈ ਕਿ ਉਹ ਟ੍ਰੇਨ ਨੂੰ ਚਲਾਏ ਰੱਖਣ। ਜੈ ਸ਼੍ਰੀ ਰਾਮ। ਸੰਸਾਰ ਦੇ ਵਿੱਚ ਪ੍ਰਭੂ ਭਗਤਾਂ ਨੂੰ ਈਸ਼ਵਰ 'ਤੇ ਆਸਥਾ ਰੱਖਣ ਵਾਲੇ ਲੋਕਾਂ ਦੇ ਲਈ, ਆਪਣੇ ਧਰਮ ਅਤੇ ਸੱਭਿਆਚਾਰ ਨੂੰ ਸਮਰਪਿਤ ਅਤੇ ਪਿਆਰ ਕਰਨ ਵਾਲੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਦਿਨ ਹੈ। ਹਜ਼ਾਰਾਂ ਸਾਲਾਂ ਦੀ ਗੁਲਾਮੀ ਸਾਡੀ ਰਹੀ, ਸੈਂਕੜਾਂ ਸਾਲ ਤੋਂ ਲੋਕ ਕਈ ਪੀੜ੍ਹੀਆਂ ਸਾਡੀਆਂ ਚਲੀ ਗਈਆਂ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਵਾਸਤੇ, ਉਹਨਾਂ ਨੂੰ ਤਰਸਦੇ ਹੋਏ ਚਲੇ ਗਏ ਸੰਸਾਰ ਤੋਂ। ਸੋ ਇਹ ਦੁਬਾਰਾ ਸਾਡੀ ਜਿਹੜਾ ਸੱਭਿਆਚਾਰ ਸੀ, ਸਾਡੀ ਪੁਰਾਤਨ ਸੰਸਕ੍ਰਿਤੀ ਸੀ, ਉਹਦੇ ਸਜੀਵ ਹੋਣ ਦਾ ਅਤੇ ਉਹਦੇ ਪੂਰੇ ਵਿਸ਼ਵ ਗੁਰੂ ਬਣਨ ਵਾਲੀ ਦਿਸ਼ਾ ਵੱਲ ਇੱਕ ਬਹੁਤ ਵੱਡਾ ਕਦਮ ਹੈ। ਔਰ ਪ੍ਰਭੂ ਨੇ ਆਪ ਇਹ ਸੇਵਾ ਲਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ, ਕਿਉਂਕਿ ਉਹਨਾਂ ਦੀ ਤਪੱਸਿਆ ਨੂੰ ਫਲ ਲੱਗਾ। ਬਿਨਾਂ ਪ੍ਰਭੂ ਸ਼੍ਰੀ ਰਾਮ ਦੀ ਮਰਜ਼ੀ ਦੇ ਤੇ ਸੇਵਾ ਕਿਸੇ ਨੂੰ ਮਿਲਣੀ ਨਹੀਂ ਸੀ। ਸਾਰੀ ਸੰਗਤਾਂ ਦੀ ਪੁਕਾਰ ਸੁਣੀ ਹੈ, ਜਿਹੜੀਆਂ ਬੇਨਤੀਆਂ ਪ੍ਰਾਰਥਨਾਵਾਂ ਘਰ ਘਰ ਹੁੰਦੀਆਂ ਰਹੀਆਂ ਸੈਂਕੜੇ ਸਾਲ। ਸਾਡੇ ਬਜ਼ੁਰਗ ਵੀ ਚਲੇ ਗਏ, ਬੜਿਆਂ ਨੇ ਸੈਕਰੀਫਾਈਜ਼ ਵੀ ਕੀਤੇ, ਕੁਰਬਾਨੀਆਂ ਵੀ ਕੀਤੀਆਂ, ਉਹ ਰੰਗ ਲਿਆਈਆਂ ਨੇ ਅਤੇ ਉਹਨਾਂ ਨੇ ਕਿਰਪਾ ਕਰਕੇ ਜਿੱਦਾਂ ਤ੍ਰੇਤਾ ਯੁੱਗ ਦੇ ਵਿੱਚ ਅਹਲਿਆ ਨੂੰ ਪੱਥਰ ਦੀ ਬਣੀ ਨੂੰ ਉਹਨਾਂ ਨੇ ਸਜੀਵ ਕਰ ਦਿੱਤਾ ਸੀ, ਉੱਦਾਂ ਹੀ ਭਗਤਾਂ ਦੀ ਪੁਕਾਰ ਸੁਣ ਕੇ ਜਿਹੜੇ ਬੁੱਤ ਬਣ ਚੁੱਕੇ ਲੋਕ ਸੀ, ਪੱਥਰ ਦੇ ਹੋ ਚੁੱਕੇ ਸੀ, ਇੰਤਜ਼ਾਰ ਕਰ ਕਰਕੇ, ਉਹਨਾਂ ਸਾਰਿਆਂ ਦੇ ਲਈ ਬੜਾ ਵੱਡਾ ਦਿਨ ਹੈ। ਔਰ ਤੁਸੀਂ ਦੇਖਿਆ ਸਮੂਹ ਗੁਰਦਾਸਪੁਰ ਵਾਸੀਆਂ ਨੂੰ, ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਲੋਕਾਂ ਨੂੰ, ਸਾਰੇ ਪੰਜਾਬ ਦੇ ਵਿੱਚ ਵੀ ਬੜੀ ਖੁਸ਼ੀ ਹੈ। ਔਰ ਬੜੀ ਭਾਰੀ ਸੰਖਿਆ ਦੇ ਵਿੱਚ ਲੋਕ ਗਏ ਨੇ, ਸਪੈਸ਼ਲ ਟ੍ਰੇਨ ਗਈ ਹੈ, ਬੜਾ ਵੱਡਾ ਉਪਰਾਲਾ ਹੈ। ਭਾਰਤੀ ਜਨਤਾ ਪਾਰਟੀ ਦਾ ਵੀ ਵਧਾਈ ਦੇ ਪਾਤਰ ਨੇ ਸਾਰੇ। ਔਰ ਉਸ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਬਹੁਤ ਸਾਰੇ ਸੰਗਤਾਂ ਜਿਹੜੀਆਂ ਨੇ ਆਪਣੇ ਆਪਣੇ ਤੌਰ 'ਤੇ ਵੀ ਦਰਸ਼ਨਾਂ ਵਾਸਤੇ ਜਾ ਰਹੀਆਂ। ਸੋ ਮੈਨੂੰ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਦੁਨੀਆ ਦੇ ਸਭ ਤੋਂ ਵੱਧ ਵਿਜ਼ਿਟ ਕਰਨ ਵਾਲੇ ਧਰਮ ਸਥਾਨਾਂ ਦੇ ਵਿੱਚ ਸ਼੍ਰੀ ਰਾਮ ਮੰਦਿਰ ਅਯੋਧਿਆ ਧਾਮ, ਜਿੱਥੇ ਬਾਲ ਰੂਪ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਵਿਰਾਜਮਾਨ ਹੋਏ ਨੇ, ਉਹ ਮੈਨੂੰ ਲੱਗਦਾ ਕਿ ਸਭ ਤੋਂ ਪਹਿਲੇ ਜਿਹੜੇ ਸ਼ਰਧਾਲੂ ਉੱਥੇ ਜਾਣੇ ਨੇ ਉਹਨਾਂ 'ਚ ਇੱਕ ਹੋਏਗਾ। ਬਲਕਿ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਸ਼ਰਧਾਲੂ ਪਹੁੰਚਣੇ ਹੀ ਉੱਥੇ ਨੇ। ਇਹ ਸਾਡਾ ਸਾਰਿਆਂ ਲਈ ਭਾਗ ਹੈ। ਭਾਰਤ ਮਾਤਾ ਦੀ ਜੈ ਜੈਕਾਰ ਹੋਏ। ਸਾਡਾ ਪੁਰਾਤਨ ਸਨਾਤਨ ਸੰਸਕ੍ਰਿਤੀ ਦੀ, ਭਾਰਤ ਦੇ ਵਿੱਚ ਜਨਮੇ ਹੋਏ ਧਰਮਾਂ ਦੀ, ਸਾਰੇ ਸਮਾਜ ਦੀ, ਅਸੀਂ ਸਾਰੇ ਇੱਕ ਹੈਗੇ ਹਾਂ, ਇੱਥੇ ਕੋਈ ਭੇਦ ਨਹੀਂ ਹੈਗਾ। ਪ੍ਰਭੂ ਸ਼੍ਰੀ ਰਾਮ ਕਿਸੇ ਇੱਕ ਦੇ ਨਹੀਂ ਹੈਗੇ, ਸਾਰਿਆਂ ਦੇ ਨੇ। ਸੋ ਬਹੁਤ ਬਹੁਤ ਸਾਰਿਆਂ ਨੂੰ ਧੰਨਵਾਦ, ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਮੇਰਾ ਨਾਮ ਸੁਰਿੰਦਰ ਮੋਹਨ ਕੋਹਲੀ ਹੈ, ਮੈਂ ਸ਼੍ਰੀ ਰਾਜਪਾਲ ਜੀ ਕੋਹਲੀ ਦਾ ਬੇਟਾ ਹਾਂ। 1990 ਦੇ ਵਿੱਚ ਪਿਤਾ ਜੀ ਨੇ
ਰਾਮ ਮੰਦਰ ਜਦੋਂ ਸ਼ੁਰੂ ਹੋਇਆ ਸੀ ਬੰਨਾ ਨਹੀਂ ਸ਼ੁਰੂ ਹੋਇਆ, ਜਦੋਂ ਕਿ ਮਸਜਿਦ ਤੋੜੀ ਸੀ ਉਦੋਂ ਉੱਥੇ ਗਏ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਔਰ ਸਾਨੂੰ ਮੋਦੀ ਜੀ 'ਤੇ ਬਹੁਤ ਗਰਵ ਆ ਕਿ ਉਹਨਾਂ ਨੇ ਰਾਮ ਮੰਦਰ ਬਣਾਇਆ। ਅੱਜ ਅਸੀਂ ਅਯੋਧਿਆ ਜਾ ਰਹੇ ਹਾਂ, ਰਾਮ ਮੰਦਰ ਜਾ ਰਹੇ ਹਾਂ, ਸਾਨੂੰ ਬਹੁਤ ਖੁਸ਼ੀ ਆ। ਇਹੋ ਜਿਹੀ ਖੁਸ਼ੀ ਆ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਜਿੰਨੀ ਖੁਸ਼ੀ ਆ। ਅਸੀਂ ਆਪਣੀ ਸਰਕਾਰ ਦੇ ਉੱਤੇ, ਕੇਂਦਰ ਸਰਕਾਰ ਤੋਂ, ਸੈਂਟਰ ਸਰਕਾਰ ਤੋਂ ਬਹੁਤ ਖੁਸ਼ ਹਾਂ ਕਿ ਉਹ ਸਾਨੂੰ ਲਿਜਾ ਰਹੇ ਆ ਔਰ ਸਾਡੇ ਫੁੱਲ ਸਹੂਲਤਾਂ, ਸਾਨੂੰ ਹਰ ਚੀਜ਼ ਦੀ ਸਹੂਲਤਾਂ, ਖਾਣ ਪੀਣ ਸਭ ਕੁਝ ਟ੍ਰੇਨ ਦੇ ਅੰਦਰ ਹੀ ਆ। ਸਾਨੂੰ ਇੰਨੀ ਕੁ ਖੁਸ਼ੀ ਆ ਕਿ ਅਸੀਂ, ਸਾਡੇ ਬਿਆਨ ਕਰਨਾ ਬਹੁਤ ਮੁਸ਼ਕਲ ਆ।